ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੀ ਵਰਤਕਰ ਲਾਸਟ ਵੀਡੀਓ ਵਿੱਚ ਆਪਾਂ ਕੀਤਾ ਸੀ ਕਪੂਰ ਸਿੰਘ ਬਾਰੇ। ਅੱਜ ਆਪਾਂ ਕਰਾਂਗੇ ਡਾਕਟਰ ਟੀ.ਆਰ. ਸ਼ਰਮਾ। ਜੀ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਡਾਕਟਰ ਟੀ.ਆਰ. ਸ਼ਰਮਾ ਦਾ ਜਿਹੜਾ ਜੀਵਨ ਕਾਲ ਸੀ ਉਹ 1925 ਤੋਂ 2009 ਤੱਕ ਸੀ। ਉਹਨਾਂ ਦਾ ਜਨਮ ਹੋਇਆ ਸੀ 25 ਜੁਲਾਈ 1925ਵੀ ਨੂੰ ਤੇ ਉਹਨਾਂ ਦੇ ਪਿਤਾ ਸੀ ਪੰਡਤ ਕਿਸ਼ਨ ਚੰਦ ਮਾਤਾ ਸੀ ਰਤਨ ਦੇਵੀ ਤੇ ਉਹਨਾਂ ਦਾ ਜਨਮ ਹੋਇਆ ਸੀ ਟੈਕਸਲਾ ਜ਼ਿਲ੍ਹਾ ਸੀ ਰਾਵਲਪਿੰਡੀ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਆ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਡਾਕਟਰ ਟੀ.ਆਰ ਸ਼ਰਮਾ ਦਾ ਜੇ ਪੂਰਾ ਨਾਮ ਪੁੱਛੇ ਜਾਵੇ ਤਾਂ ਉਹਨਾਂ ਦਾ ਪੂਰਾ ਨਾਮ ਕੀ ਸੀ ਤਿਲਕ ਰਾਜ ਸ਼ਰਮਾ ਉਸ ਤੋਂ ਬਾਅਦ ਡਾਕਟਰ ਟੀ ਆਰ ਸ਼ਰਮਾ ਸੀ ਜਿਹੜੇ ਉਹ ਪ੍ਰਸਿੱਧ ਸਿੱਖਿਆ ਸ਼ਾਸਤਰੀ ਸਨ ਉਸ ਤੋਂ ਇਲਾਵਾ ਉਹਨਾਂ ਨੇ ਲੰਮਾ ਸਮਾਂ ਸੀ ਜਿਹੜਾ ਇੱਕ ਅਧਿਆਪਕ ਦੇ ਅਹੁਦੇ ਤੇ ਰਹੇ ਤੇ ਫਿਰ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਵਿਭਾਗ ਦੇ ਮੁਖੀ ਰਹੇ ਤੇ ਡੀਨ ਵਜੋਂ ਕੀਆ ਸੇਵਾਮੁਕਤ ਹੋਏ ਸੀ ਇਸ ਤੋਂ ਇਲਾਵਾ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਵੀ ਰਹੇ ਸੀ ਉਸ ਤੋਂ ਅੱਗੇ ਹੈ ਉਹਨਾਂ ਦਾ ਅਨੁਭਵ ਖੇਤਰ ਵਿਸ਼ਾਲ ਸੀ ਤੇ ਉਹਨਾਂ ਦੀ ਜਿਹੜੀ ਵਾਰਤਕ ਸੀ ਉਹ ਰਸੀਲੇ ਤੇ ਕਲਾ ਮੇ ਢੰਗ ਦੇ ਨਾਲ ਜਿਹੜੀ ਆ ਪਾਟਕਾਂ ਦੇ ਮਨਾਂ ਵਿੱਚ ਆਦਰਸ਼ ਆਸ ਤੇ ਸਾਸ ਦੀ ਜੋਤ ਜਗਾਉਣ ਦੇ ਸਮਰੱਥ ਹੈ ਉਨ੍ਹਾਂ ਦੇ ਲੇਖਾਂ ਵਿੱਚ ਖੁਸ਼ਹਾਲ ਤੇ ਉਜਾਰੂ ਸਮਾਜ ਦੀ ਝਲਕ ਪ੍ਰਤੱਖ ਨਜ਼ਰ ਆਉਂਦੀ ਹੈ ਤੇ ਆਪ ਦੀਆਂ ਪੁਸਤਕਾਂ ਦੀ ਗਿਣਤੀ ਜਿਹੜੀ ਹੈ ਨਾ ਕਾਫੀ ਆ ਜਿਨ੍ਹਾਂ ਵਿੱਚੋਂ ਕੁਝ ਕੁ ਦੇ ਨਾਮ ਨੇ ਤੁਸੀਂ ਨੋਟ ਕਰ ਲਿਓ ਪਹਿਲੀ ਹੈ ਸ਼ਿੱਕਾ ਵੀ ਗਿਆ ਚਿੜੀ ਵੀ ਗਈ ਕੀ ਹੈ ਜ਼ਿੰਦਗੀ ਜਮੀਰ ਤੇ ਹੋਰ ਲੇਖ ਚੰਗੇਰੇ ਜੀਵਨ ਲਈ ਪ੍ਰੇਰਣਾ ਖੁਸ਼ੀ ਦੀ ਭਾਲ ਵਿੱਚ ਹੱਸਦੇ ਚਿਹਰੇ ਪੂਰੇ ਚੰਦ ਦਾ ਜਾਦੂ ਪੰਜਾਬੀ ਦੀਆਂ ਜੜਾਂ ਵਿੱਚ ਗੰਗਾ ਜਲ ਛੋਟੀਆਂ-ਛੋਟੀਆਂ ਕੀੜੀਆਂ ਵੱਡੇ-ਵੱਡੇ ਵਿਚਾਰ ਕਬੀਰਾ ਖੜਾ ਬਜਨਵੇਂ ਸਭ ਕੀ ਮੰਗੇ ਖੈਰ ਪੁਰਾਣੇ ਰਸਤਿਆਂ ਦੇ ਨਵੇਂ ਰਾਹੀ ਬਨੋ ਜ਼ਿੰਦਗੀ ਪੁੱਛਦੀ ਹੈ ਇਹ ਉਹਨਾਂ ਦੀਆਂ ਜਿਹੜੀਆਂ ਨੇ ਪ੍ਰਸਿੱਧ ਪੁਸਤਕਾਂ ਨੇ ਇਹਨਾਂ ਸਾਰਿਆਂ ਦੇ ਹੀ ਤੁਸੀਂ ਕੀ ਆ ਨਾਮ ਯਾਦ ਰੱਖਣੇ ਆ ਉਸ ਤੋਂ ਅੱਗੇ ਡਾਕਟਰ ਟੀ.ਆਰ. ਸ਼ਰਮਾ ਨੂੰ ਸ਼ਰਮਣੀ ਸਾਹਿਤਕਾਰ ਪੁਰਸਕਾਰ ਵੀ ਮਿਲਿਆ ਭਾਸ਼ਾ ਵਿਭਾਗ ਦੇ ਵੱਲੋਂ ਇਸ ਤੋਂ ਇਲਾਵਾ ਉਹਨਾਂ ਨੂੰ ਮਿਲੇਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ ਮਿਲਿਆ ਫਿਰ ਉਹਨਾਂ ਨੂੰ ਮਿਲਿਆ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲక్ష్మణ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਵੀ ਮਿਲਿਆ ਤੇ ਉਹਨਾਂ ਨੂੰ ਸਰਵੋਤਮ ਅਧਿਆਪਕ ਦਾ ਵੀ ਅਵਾਰਡ ਮਿਲਿਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਜੀਵਨ ਕਾਲ ਫੈਲੋਸ਼ਿਪ ਜਿਹੜੀ ਆ ਡਾਕਟਰ ਟੀ ਆਰ ਸ਼ਰਮਾ ਨੂੰ ਪ੍ਰਦਾਨ ਕੀਤੀ ਸੀ ਤੇ ਆਪ ਜਿਹੜੇ ਆ 2009 ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ ਹੁਣ ਤੁਸੀਂ ਡਾਕਟਰ ਟੀ ਆਰ ਸ਼ਰਮਾ ਦਾ ਇੱਕ ਤਾਂ ਜਨਮ ਦਿਦ ਰੱਖਣਾ ਇੱਕ ਉਹਨਾਂ ਦੀ ਮੌਤ ਕਦੋਂ ਹੋਈ ਸੀ ਉਹ ਯਾਦ ਰੱਖਣਾ ਦੂਸਰਾ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਸਾਰੀਆਂ ਦੇ ਨਾਮ ਯਾਦ ਰੱਖ ਲਿਓ ਫਿਰ ਉਹਨਾਂ ਨੂੰ ਕਿਹੜੇ-ਕਿਹੜੇ ਪੁਰਸਕਾਰ ਮਿਲੇ ਇਹ ਵੀ ਤੁਸੀਂ ਧਿਆਨ ਨਾਲ ਯਾਦ ਕਰ ਲਿਓ ਤੇ ਉਹਨਾਂ ਦੀ ਸਭ ਤੋਂ ਪ੍ਰਸਿੱਧ ਜਿਹੜੀ ਪੁਸਤਕਾ ਉਹ ਕਿਹੜੀ ਹੈ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਡਾਕਟਰ ਟੀਅਰ ਸ਼ਰਮਾ ਸੀ ਜਿਹੜੇ ਨਾ ਉਹ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਤਲਬ ਦੱਸਦੀ ਹੈ ਕਿ ਖੁਸ਼ੀਆਂ ਜਿਹੜੀਆਂ ਆਪੇ ਨਹੀਂ ਆਉਂਦੀਆਂ ਇਹ ਸਾਨੂੰ ਜ਼ਿੰਦਗੀ ਦੇ ਛੋਟੇ-ਛੋਟੇ ਪਲਾਂ ਦੇ ਵਿੱਚੋਂ ਸਾਨੂੰ ਖੁਸ਼ੀ ਕੀ ਆਪ ਲੱਭਣੀ ਪੈਂਦੀ ਹੈ ਤੁਸੀਂ ਵੀ ਸਾਰੇ ਖੁਸ਼ ਰਹਿ ਕੇ ਰਹੋ ਤੇ ਜ਼ਿੰਦਗੀ ਦਾ ਆਨੰਦ ਮਾਣੋ ਵਾਰ-ਵਾਰ ਨਹੀਂ ਮਿਲਦੀ ਜ਼ਿੰਦਗੀ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੁੰਦੀ ਹੈ ਤੇ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਕੋਈ ਐ ਹੁੰਦਾ ਹੈ ਕਿ ਉਹਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਂਦਾ ਹੈ ਤੇ ਕੋਈ ਕੀ ਹੈ ਨਿਰਾਸ਼ ਹੋ ਕੇ ਬਹਿ ਜਾਂਦਾ ਹੈ ਇਹ ਸਿਲਸਾ ਬਸ ਚੱਲਦਾ ਹੀ ਰਹਿੰਦਾ ਬਸ ਖੁਸ਼ ਰਹਿ ਜਾ ਕਰੋ ਤੁਸੀਂ ਥੈਂਕ ਯੂ